सत श्री अकाल दोस्तों, ਕਿਵੇਂ ਤੁਸੀਂ। ਮੈਂ ਅਮਨ ਤੁਹਾਡਾ ਨੇਪਾਲੀ ਪੰਜਾਬੀ ਲਵ ਵਲੌਗ ਸਵਾਗਤ ਕਰਦਾ ਹੈ। ਅੱਜ ਹਜੇ ਅਸੀਂ ਉੱਠੇ ਹੀ ਹਾਂ ਅਤੇ ਅਸੀਂ ਚਾਹ ਪੀ ਰਹੇ ਹਾਂ। ਇਹ ਦੇਖੋ ਜੀ, ਮਾਰਨਿੰਗ ਟੀ ਪੀ ਰਹੇ ਹਾਂ। ਅਤੇ ਬਾਕੀ ਇੱਥੇ ਅਸੀਂ ਕਿਰਾਏ 'ਤੇ ਕਮਰਾ ਲਿਆ ਸੀ ਅਤੇ ਹਜੇ ਸਾਡੇ ਕੋਲ ਕੱਪ ਅਵੇਲੇਬਲ ਨਹੀਂ ਅਤੇ ਗਲਾਸ 'ਚ ਚਾਹ ਪੀ ਰਹੇ ਹਾਂ। ਅਤੇ ਮੇਰੀ ਵਾਈਫ ਜੋ ਮੈਂ ਤੁਹਾਨੂੰ ਦੱਸਿਆ ਨੇਪਾਲੀ ਹੈ, ਉਹ ਇੱਕ ਬੁੱਕ ਤੋਂ ਹਿੰਦੀ ਤੋਂ ਪੰਜਾਬੀ ਸਿੱਖਣ ਦੀ ਕਿਤਾਬ ਲਿਆਈ ਹੈ, ਉਹ ਸਿੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਅਤੇ ਦੱਸੋ ਤੁਸੀਂ ਕੀ ਸਿੱਖਿਆ? ਕੀ ਸਿੱਖਿਆ? ਅਭੀ ਇਹ ਸਭ ਮੈਂ ਪੜੂੰਗੀ ਤੋ ਮੈਂ ਆਪਣਾ ਹਿੰਦੀ ਭੁੱਲ ਜਾਊਂਗੀ, ਹੈ ਨਾ, ਆਪਣਾ ਨੇਪਾਲੀ ਭੁੱਲ ਜਾਊਂਗੀ। ਭਾਈ ਪੰਜਾਬ 'ਚ ਰਹਿਣਾ ਤੇ ਪੰਜਾਬੀ ਤੇ ਪੜ੍ਹਨੀ ਆਣੀ ਚਾਹੀਦੀ। ਕਿਤੇ ਬੱਸ ਸਟੈਂਡ ਕਾਕਾ ਨਹੀਂ ਕੱਕਾ ਹੁੰਦਾ ਹੈ। ਕੱਕਾ ਹੁੰਦਾ ਹੈ? ਕੱਕਾ ਇਹ ਕੱਕਾ, ਅੱਛਾ ਕੱਕਾ ਖੱਕਾ। ਪੰਜਾਬੀ ਸਿੱਖਣੀ ਪੰਜਾਬੀ ਸਿੱਖਣੀ ਜ਼ਰੂਰੀ ਹੈ। ਕਿਤੇ ਬੱਸ ਸਟੈਂਡ ਤੇ ਜਾ ਕੇ ਦੂਸਰੀ ਬੱਸ 'ਚ ਚੜ ਗਏ ਤੇ ਕਿਤੇ ਹੋਰ ਪਹੁੰਚ ਜਾਓਗੇ। ਬੇਚਾਰਾ ਬੱਚਾ ਕਦੇ ਕਿੰਨੀ ਦੇਰ ਤੋਂ ਸੁੱਤਾ ਨੀ, ਕਿੰਨੀ ਨੀਂਦ ਪੂਰੀ ਕਰ ਰਿਹਾ। ਇਹ ਸਾਡਾ ਮੁੰਡਾ ਹੈ ਦਿਵਿਆਂਸ਼, ਤੇ ਇਹ ਮੇਰੀ ਸੱਸ ਹੈ, ਚਾਹ ਪੀ ਰਹੀ ਗਲਾਸ 'ਚ। ਤੇ ਉਮੀਦ ਕਰਦਾ ਤੁਸੀਂ ਸਾਡੇ ਸਾਰੇ ਫੈਮਿਲੀ ਮੈਂਬਰਸ ਨਾਲ ਮਿਲ ਲਿਆ ਹੋਏਗਾ। ਤੇ ਅਭੀ ਤਿੰਨ ਮੈਂਬਰ ਖਾਲੀ ਹੈ, ਬਾਕੀ ਸਾਡੇ ਤਿੰਨ ਡੌਗ ਹੈ, ਉਹ ਆਪਣੇ ਹੁਸ਼ਿਆਰਪੁਰ ਵਾਲੇ ਘਰ 'ਚ ਹੈ। ਤੇ ਉਹ ਜਦੋਂ ਇੱਕ ਪੈਰਟ ਹੈ ਵੀ ਹੈਗਾ, ਤੇ ਜਦੋਂ ਉਹ ਆਣਗੇ ਤੇ ਫਿਰ ਤੁਹਾਨੂੰ ਉਹ ਤਿੰਨਾਂ ਚਾਰਾਂ ਨਾਲ ਵੀ ਮਿਲਾਵਾਂਗੇ। ਤੇ ਸਾਡੀ 7-8 ਜਣਿਆਂ ਦੀ ਫੈਮਿਲੀ ਹੈ। ਤੇ ਬੜਾ ਤੁਸੀਂ ਦੱਸੋ, ਅੱਜ ਬਿਸਕੁਟ ਕਿਉਂ ਲੁਕਾ ਕੇ ਬੈਠੇ ਹੋ ਜੀ? ਮੈਂ ਇਸ ਲਈ ਲੁਕਾ ਕੇ ਰੱਖਾ ਹੈ। ਦੇਖੋ ਕੱਢੋ ਕੱਢੋ, ਕਿੰਨੇ ਬਿਸਕੁਟ ਹੈ ਦੱਸੋ ਦੱਸੋ ਦੱਸੋ। ਅੱਜ ਕੁੱਤਿਆਂ ਦੇ ਨਾਂ ਦਾ ਆਪ ਹੀ ਖਾ ਲਿਆ ਬਿਸਕੁਟ ਕੱਢ ਕੇ? ਨਹੀਂ, ਕਿਆ ਬੋਲਦੇ ਨਾ, ਸਾਸੂ ਮਾਂ ਆਪਕਾ ਕਿਆ ਕਹਿਣਾ ਹੈ? ਆਪਕੀ ਬੇਟੀ ਨੇ ਬਿਸਕੁਟ ਛੁਪਾਏ, ਆਪਕਾ ਕਿਆ ਕਹਿਣਾ? ਆਪ ਵੀ ਕੁਛ ਵਿਚਾਰ ਰੱਖੋ। ਚਲੋ ਚਾਏ ਪੀਓ ਆਪ। ਚਲੋ ਠੀਕ ਹੈ ਜੀ, ਮਿਲਦੇ ਨੇਪਾਲੀ ਪੰਜਾਬੀ ਦੇ ਲਵ ਵਲੌਗ ਦੇ ਅਗਲੇ ਐਪੀਸੋਡ ਦੇ ਵਿੱਚ, ਤੇ ਤੁਹਾਨੂੰ ਹੋਰ ਜਾਣਕਾਰੀਆਂ ਦੇਵਾਂਗੇ ਆਪਣੀ ਫੈਮਿਲੀ ਬਾਰੇ। ਤਬ ਤੱਕ ਟੇਕ ਕੇਅਰ, ਬਾਏ ਬਾਏ। ਆਪਣਾ ਖਿਆਲ ਰੱਖਿਓ ਸਾਰੇ।